पेट्रोल डीजल के दामों में लगातार हो रहे इजाफे के चलते जहां आम वर्ग परेशान है, वहीं पठानकोट शहर के ऑटो चालकों द्वारा अपने रेट में इजाफा करते हुए लोकल सवारी का रेट 10 रुपये से बढ़ाकर 20 रुपये कर दिया है। ऑटो चालकों का कहना है कि डीजल के रेट में बढ़ोतरी के कारण उनको भी अपने किराए को बढ़ाना पड़ा है। वहीं सवारियों का कहना था कि महंगाई के इस दौर में सरकार को चाहिए कि तेल, डीजल और गैस सिलेंडरों के दामों को कम करे ताकि आम लोगों को राहत मिल सके। अगली की ना अपना अगली पेट्रोल बढ़िया है और की कहना चाहोगे? डीजल बढ़िया, डीजल सवारी बंदी नहीं, भीड़ में सवारी मंगी है, सवारी भी बंदी नहीं है, इतो सवेर से खड़ोते हैं ना, सवारी में बंदी है ना कोई गल ना कोई बात। पहला दसो कि सरकार ठीक ही, जिंदी मोदी सरकार आई है, उन्होंने तो मैं जेड़ा गल कर ਤੁਹਾਡੇ ਘਰ ਤੇ ਕਿੰਨਾ ਕੁ ਫਰਕ ਪੈਂਦਾ ਜੀ? ਉਹਨੇ ਫਰਕ ਬਹੁਤ ਜ਼ਿਆਦਾ ਪੈਂਦਾ, ਘਰ ਦਾ ਸਰਕਲ ਨਹੀਂ ਚੱਲਦਾ। ਉਹ ਸਰਕਾਰ ਕਹਿੰਦੀ ਹੈ ਟੈਕਸ ਪੂਰਾ ਕਰੋ, ਟੈਕਸ ਪੂਰਾ ਕਿੱਥੋਂ ਕਰਨਾ ਜਦੋਂ ਘਰ ਦਾ ਸਰਕਲ ਨਹੀਂ ਚੱਲਣਾ, ਟੈਕਸ ਪੂਰਾ ਕਿੱਥੋਂ ਹੋਣਾ? ਸਵਾਰੀ ਮਿਲੇਗੀ ਸਵਾਰੀ ਮਿਲੇਗੀ, ਸਵਾਰੀ ਬੈਠੇਗੀ ਤਾਂ ਹੀ ਸਰਕਲ ਚੱਲੇਗਾ, ਜੇ ਸਵਾਰੀ ਨਹੀਂ ਬੈਠੀ ਤਾਂ ਸਰਕਲ ਕਾਹਦੇ ਨਾਲ ਚੱਲਣਾ? ਹਾਂਜੀ ਬਾਈ, ਕਿੱਥੇ ਜਾ ਰਹੀ ਹੈ, ਕੀ ਗੱਲ ਹੋਈ ਹੈ? ਜਾ ਰਹੇ ਜੀ, ਆਏ ਬਾਜ਼ਾਰ ਜਾਣਾ ਜੀ, ਸਵਾਰੀ ਮੰਗਦੀ ਹੈ, ਆਟੋ ਮੰਗਦੇ 20 ਰੁਪਏ ਆਏ ਵੀ ਕਿੱਥੋਂ ਦੀ, ਮਤਲਬ ਤੇਲ ਦਾ ਰੇਟ ਵਧੇਗਾ, ਉਹ ਵੀ ਆਪਣੇ ਸਾਹ ਖੱਟੇ ਨੇ, ਸਾਨੂੰ ਪੈਦਲ ਹੀ ਜਾਣਾ ਪੈਂਦਾ, ਸਾਰਾ ਕੁਛ ਸਾਨੂੰ ਪੈਦਲ ਜਾਣਾ ਪੈਂਦਾ। ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਸਰਕਾਰ ਨੂੰ ਇਹ ਤਾਂ ਸਰਕਾਰ ਤੇਲ ਦਾ ਰੇਟ ਘਟਾਏ, ਹਾਂ ਜਦੋਂ ਜੀ ਮੋਦੀ ਸਰਕਾਰ ਆਈ ਸੀ ਉਹਦਾ ਤੇਲ ਵਧੇ ਵਧੇ, ਹਰ ਚੀਜ਼ ਦਾ ਰੇਟ ਵੱਧ ਗਿਆ, ਸਭ ਕੁਛ ਖੁੱਲ੍ਹ ਕੇ ਬੋਲ, ਸਭ ਕੁਛ ਵਧੇ ਵਧੇ ਦਾ ਰੇਟ ਘਟਿਆ, ਕਿਹੜਾ ਰੇਟ ਹੈ? ਚੰਗੀ ਸਰਕਾਰ ਆ ਜੀ ਜਿਹੜਾ ਭੈਣ ਟੀਵੀ ਨਾਂ ਜੀ ਆਪਣਾ ਸੁਰਿੰਦਰ ਕੁਮਾਰ ਜੀ। ਪੈਟਰੋਲ ਮਹਿੰਗਾ ਹੋਇਆ ਸੁਰਿੰਦਰ ਜੀ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਪੈਟਰੋਲ ਤਾਂ ਮਹਿੰਗਾ ਹੋਇਆ ਹੀ ਹੋਇਆ, ਨਾਲ ਗੈਸ ਵੀ ਮਹਿੰਗੀ ਹੋਈ ਹੈ ਭਾਜੀ, ਜਿਵੇਂ ਕਿ ਪਿਛਲੇ ਸਾਲ ਕਰੋਨਾ ਦਾ ਵੀ ਮਾਰ ਰਹੀ ਇਹਨਾਂ ਦੇ ਆਟੋ ਵਾਲਿਆਂ 'ਤੇ। ਉਸ ਤੋਂ ਬਾਅਦ ਇਹ ਕਹਿੰਦੇ ਸੀਗੇ ਬਿਜਲੀ ਵਾਲੇ ਕਿ ਆਪਾਂ ਤੇਲ ਨੂੰ ਇੰਨਾ ਮਹਿੰਗਾ ਨਹੀਂ ਹੋਣ ਦੇਵਾਂਗੇ, ਫਿਰ ਸਸਤਾ ਕਰਾਂਗੇ। ਅੱਜ ਤੇਲ ਦੀ ਕੀਮਤ 100 ਰੁਪਏ ਦੇ ਉੱਪਰ ਪੁੱਜ ਗਈ ਹੈ, ਦੇਖਿਆ ਜਾਏਗੀ ਅੱਜ ਸਰਕਾਰ ਨਕੰਮੀ ਹੋ ਗਈ ਹੈ ਇਸ ਕੰਮ ਲਈ, ਅਤੇ ਗਰੀਬ ਬੰਦਾ ਦਿਨੋ ਦਿਨ ਮਰਨ ਦਿਆ, ਅਤੇ ਸਰਕਾਰ ਦੇ ਸਿਰ 'ਤੇ ਜੂੰ ਵੀ ਨਹੀਂ ਸਿਰਕਣ ਦੀ। ਉਹੀ ਅਮਿਤ ਸ਼ਾਹ ਹੀ, ਉਹੀ ਮੋਦੀ ਅਤੇ ਉਹੀ ਸਮ੍ਰਿਤੀ ਰਾਣੀ ਜਿਹੜੀ ਕਹਿੰਦੀ ਕਿ ਤੇਲ ਸਸਤਾ ਹੋਣਾ ਚਾਹੀਦਾ, ਅਤੇ ਅੱਜ ਉਹਨਾਂ ਦੇ ਰਾਜ ਦੇ ਵਿੱਚ ਇੰਨਾ ਮਹਿੰਗਾ ਤੇਲ ਆ, ਅਤੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਪਬਲਿਕ ਨੂੰ ਮਾਰਨ ਦੇ ਹੋ, ਇਸ ਤੋਂ ਜਿੰਨਾ ਤੁਸੀਂ ਆਪ ਮਰ ਜਾਓ। ਹਾਂਜੀ ਹੁਣ ਵੇਖੋ ਜੀ, ਮੈਂ ਇਸ ਆਟੋ ਦੇ ਵਿੱਚ ਬੈਠਾ ਜਾਣਾ, ਮੈਂ ਇੱਥੇ ਮਮੂਨ ਦਾ ਘਰ ਹੈ, ਅਤੇ ਭਾਅ ਜੀ ਹੁਣ 20 ਰੁਪਏ ਸਵਾਰੀ ਦੇ ਮੰਗਣ ਦੇ ਹੈ। ਮੈਂ ਇਹਨਾਂ ਕੋਲ ਪੁੱਛਿਆ ਭਾਅ ਜੀ ਕੀ ਗੱਲ ਹੈ, ਕਹਿੰਦੇ ਭਾਈ ਡੀਜ਼ਲ ਬੜਾ ਮਹਿੰਗਾ ਹੋ ਗਿਆ, ਤਾਂ ਅਤੇ ਡੈਫੀਨੇਟਲੀ ਹੈ ਕਿ ਜਦੋਂ ਡੀਜ਼ਲ ਮਹਿੰਗਾ ਹੋਇਆ ਤਾਂ ਇਹਨਾਂ ਦੀ ਸਵਾਰੀ ਦਾ ਰੇਟ ਵੀ ਮਹਿੰਗਾ ਹੋਏਗਾ, ਅਤੇ ਗਰੀਬ ਬੰਦੇ ਦੇ ਉੱਤੇ ਪ੍ਰਭਾਵ ਪਏਗਾ, ਅਤੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਇੱਕ ਸਿਲੰਡਰ ਦਾ ਅਤੇ ਇੱਕ ਡੀਜ਼ਲ ਦਾ ਇਹੀ ਉੱਤੇ ਸਾਰੀ ਮਹਿੰਗਾਈ ਡਿੱਗੀ ਹੁੰਦੀ ਹੈ, ਅਤੇ ਜੇ ਡੀਜ਼ਲ ਮਹਿੰਗਾ ਹੈ ਤਾਂ ਮਹਿੰਗਾਈ ਤਾਂ ਡੈਫੀਨੇਟਲੀ ਵਧਣੀ ਹੈ, ਅਤੇ ਸਰਕਾਰ ਸੋਚੇ ਲੋਕਾਂ ਦੇ ਬਾਰੇ, ਅਤੇ ਲੋਕਾਂ ਨੂੰ ਜਿਹੜੀ ਰਾਹਤ ਹੈ ਉਹ ਜਲਦ ਤੋਂ ਜਲਦ ਦੇਵੇ। ਰਾਗੀ ਹੋਮ ਡੈਕੋਰ, ਗਿਵ ਯੋਰ ਹੋਮ ਆਫਿਸਿਸ ਇੰਟੀਰੀਅਰ ਐਂਡ ਐਕਸਟੀਰੀਅਰ ਵਾਲਸ ਸੀਲਿੰਗ ਫਰਨੀਚਰ and door panel an elegant look. Expert in UV PVC wall wallpapers partition jali wood flooring. Aapki kalpanik soch ko utare aakar mein aur aakar saware aapke gharon, daftaron aur kisi bhi prakar ke vyavsayik sthalon ko 100% eco-friendly, 100% moisture-proof, 100% termite-proof, excellent weatherability, sound-reducing, fire-retardant, recyclable and lightweight, jaisi khubiyon se bhari sheets, behtar va aadhunik pasand ke liye yaad rakhe, Ragi Home Decor, care of Ragi Distributors and Promoters, Ward No. 11, near Novelty Mall, Mamoon Road, Pathankot, contact us on 9540006113.